ਪੰਜਾਬੀ ਭਾਸ਼ਾ ਨਾਲ ਜੁੜੇ ਸਾਰੇ ਸਿੱਖਿਆਰਥੀਆਂ ਦਾ ਹਾਰਦਿਕ ਸਵਾਗਤ ਕਰਦਾ ਜੀ ਤੁਹਾਡਾ ਆਪਣਾ ਸੁਪੀਰੀਅਰ ਸਟੱਡੀ ਚੈਨਲ ਆਪਾਂ ਇਸ ਚੈਨਲ ਤੇ ਕਰ ਰਹੇ ਸੀ ਪੰਜਾਬੀ ਦੇ ਸਾਹਿਤ ਰੂਪ ਅੱਜ ਹੀ ਆਪਾਂ ਗੀਤ ਕਾਵ ਰੂਪ ਕੀਤਾ ਤੇ ਇਸ ਦੇ ਨਾਲ ਹੀ ਅਸੀਂ ਕਰ ਰਹੇ ਆ ਪੰਜਾਬੀ ਦੇ ਮੌਕ ਟੈਸਟ ਤਾਂ ਕਿ ਤੁਹਾਨੂੰ ਤੁਹਾਡੀ ਤਿਆਰੀ ਦਾ ਪਤਾ ਲੱਗਦਾ ਰਹੇ ਇਸ ਤੋਂ ਪਹਿਲਾਂ ਅਸੀਂ ਕਰ ਚੁੱਕੇ ਹਾਂ ਸਵੈ ਜੀਵਨੀਕਾਰ ਜਿਹੜੇ ਸਟੂਡੈਂਟਸ ਇਸ ਚੈਨਲ ਤੇ ਨਵੇਂ ਆਏ ਨੇ ਜਾਂ ਜਿਹੜੇ ਸਟੂਡੈਂਟਸ ਨੇ ਹਾਲੇ ਤੱਕ ਉਹ ਵੀਡੀਓਜ਼ ਨਹੀਂ ਦੇਖੀ ਉਹਨਾਂ ਲਈ ਦੱਸ ਰਹੀਆਂ ਜੀ ਤਾਂ ਉਹਨਾਂ ਦੇ ਵੀਡੀਓ ਦੇ ਲਿੰਕਸ ਤੁਹਾਨੂੰ ਮਿਲ ਜਾਣਗੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਪੰਜਾਬੀ ਭਾਸ਼ਾ ਤੇ ਲਿਪੀ ਦਾ ਟਾਪਿਕ ਆ ਸੀ ਉਹ ਮੌਕ ਟੈਸਟ ਦੇ ਵਿੱਚ ਹੀ ਕੰਪਲੀਟ ਕਰ ਚੁੱਕੇ ਆ ਜੋ ਅੱਜ ਦਾ ਆਪਣਾ ਮੌਕ ਟੈਸਟ ਰਹੇਗਾ ਇਸ ਦੇ ਵਿੱਚ ਸਪੈਸ਼ਲੀ ਫੋਕਸ ਕੀਤਾ ਗਿਆ ਹੈ ਬਿੰਬ ਤੇ ਪ੍ਰਤੀਕਾਂ ਬਾਰੇ ਕਿਉਂਕਿ ਕਾਫੀ ਸਟੂਡੈਂਟਸ ਦੇ ਕਮੈਂਟਸ ਆਏ ਸੀ ਕਿ ਉਹਨਾਂ ਨੂੰ ਬਿੰਬ ਤੇ ਪ੍ਰਤੀਕ ਦੇ ਵਿੱਚ ਜਿਹੜਾ ਫਰਕ ਹੈ ਉਹ ਪਤਾ ਨਹੀਂ ਲੱਗਦਾ ਤੇ ਇਸ ਤਰ੍ਹਾਂ ਦੇ ਉਹਨਾਂ ਨੇ ਐਮਸੀਕਿਊਜ਼ ਘੱਟ ਕੀਤੇ ਨੇ ਠੀਕ ਹੈ ਤਾਂ ਜੋ ਅੱਜ ਦੀ ਵੀਡੀਓ ਉਹ ਵਿਸ਼ੇਸ਼ ਕਰਕੇ ਫੋਕਸ ਕਰੇਗੀ ਬੇਮਤੇ ਪ੍ਰਤੀਕ ਦੇ ਟੌਪਿਕ ਤੇ ਤੇ ਆਸ ਹੈ ਕਿ ਤੁਹਾਨੂੰ ਕਾਫੀ ਹੈਲਪ ਮਿਲੇਗੀ ਇਸ ਟੌਪਿਕ ਬਾਰੇ ਸਮਝਣ ਦੇ ਵਿੱਚ ਅੱਜ ਦੇ ਮੌਕ ਟੈਸਟ ਤੋਂ ਸ਼ੁਰੂ ਕਰਦੇ ਜੀ ਆਪਣਾ ਅੱਜ ਦਾ ਮੌਕ ਟੈਸਟ ਤੇ ਤੁਹਾਡਾ ਪਹਿਲਾ ਪ੍ਰਸ਼ਨ ਹੈ ਜੀ ਟੈਸਟ ਨੰਬਰ 14 ਦਾ ਅੱਜ ਦਾ ਪਹਿਲਾ ਪ੍ਰਸ਼ਨ 104 ਨੰਬਰ ਰਹੇਗਾ ਜੀ ਕਿਉਂਕਿ 103 ਤੱਕ ਅਸੀਂ ਇਸ ਤੋਂ ਪਹਿਲਾਂ ਵਾਲੇ 13 ਨੰਬਰ ਮੌਕ ਟੈਸਟ ਦੇ ਵਿੱਚ ਕਰ ਚੁੱਕੇ ਆ ਅੱਜ ਸ਼ੁਰੂ ਕਰਨ ਜਾ ਰਹੇ ਆ 104 ਤੋਂ ਜੋ ਅੱਜ ਦਾ ਪਹਿਲਾ ਪ੍ਰਸ਼ਨ ਹੈ ਇੱਕ ਗੱਲ ਹੋਰ ਤੁਹਾਨੂੰ ਹਰ ਇੱਕ ਪ੍ਰਸ਼ਨ ਤੋਂ ਬਾਅਦ 10 ਸਕਿੰਟ ਮਿਲਣਗੇ 10 ਸਕਿੰਟ ਦੇ ਵਿੱਚ ਤੁਸੀਂ ਆਪਣਾ ਆਨਸਰ ਜਿਹੜਾ ਉਹ ਚੂਜ਼ ਕਰਨਾ ਜੇਕਰ ਤੁਹਾਨੂੰ ਜ਼ਿਆਦਾ ਸਮਾਂ ਚਾਹੀਦਾ ਹੈ ਤਾਂ ਤੁਸੀਂ ਵੀਡੀਓ ਨੂੰ ਰੋਕ ਸਕਦੇ ਹੋ ਤੇ ਬਾਅਦ ਵਿੱਚ ਆਨਸਰ ਤੇ ਪਹੁੰਚ ਸਕਦੇ ਹੋ ਹਾਂਜੀ ਅੱਜ ਦਾ ਪਹਿਲਾ ਪ੍ਰਸ਼ਨ ਹੈ ਕਣਕਾਂ ਦੇ ਭਰੇ ਹੋਏ ਖੇਤ ਬੰਨੇ ਟਾਲੀ ਦੀ ਛਾਂ ਹੇਠਾਂ ਲੋਕਾਂ ਤੋਂ ਚੋਰੀ-ਚੋਰੀ ਅੱਧੀ ਏਸ ਬੰਨੇ ਅੱਧੀ ਉਸ ਬੰਨੇ ਰਾਤ ਦੋ ਪਰਛਾਵਿਆਂ ਦੀ ਮੁਲਾਕਾਤ ਇਹਦੇ ਵਿੱਚ ਅਸੀਂ ਬਿੰਬ ਪਛਾਨਣਾ ਹੈ ਨਾਦ ਬਿੰਬ ਦ੍ਰਿਸ਼ ਬਿੰਬ ਸਧਾਰਨ ਬਿੰਬ ਜਾਂ ਫਿਰ ਸਵਾਦ ਬਿੰਬ ਹਾਂਜੀ ਇਸ ਦਾ ਸਹੀ ਉੱਤਰ ਹੈ ਦ੍ਰਿਸ਼ ਬਿੰਬ ਇਸ ਤੋਂ ਅਗਲਾ ਪ੍ਰਸ਼ਨ ਕਰਾਂਗੇ ਅੰਬੈਸੇ ਦ੍ਰਿਸ਼ ਵਿੰਭ ਕਿਉਂ ਆ ਕਿਉਂਕਿ ਇਹਦੇ ਵਿੱਚ ਜਦੋਂ ਜਦੋਂ ਆਪਾਂ ਪੜਦੇ ਨਾਲ ਦੀ ਨਾਲ ਇੱਕ ਦ੍ਰਿਸ਼ ਬਣੀ ਜਾਂਦਾ ਠੀਕ ਹੈ ਕਣਕਾਂ ਦੇ ਪਰੇ ਹੋਏ ਖੇਤ ਬੰਨੇ ਠੀਕ ਹੈ ਕਣਕਾਂ ਦਾ ਵਿੰਭ ਬੰਦਾ ਉਸ ਤੋਂ ਬਾਅਦ ਟਾਲੀ ਦੀ ਛਾਂ ਦਾ ਠੀਕ ਹੈ ਤਾਂ ਫਿਰ ਦੋ ਪਰਛਾਵਿਆਂ ਦਾ ਠੀਕ ਹੈ ਮੁਲਾਕਾਤ ਦਾ ਇਸ ਤੋਂ ਅਗਲਾ ਪ੍ਰਸ਼ਨ ਹੈ ਜੀ ਸੱਪ ਦੀ ਅੱਖ ਵਿੱਚ ਵਿਸ਼ ਹੱਸਦੀ ਹੈ ਵਿਸ਼ ਵਿੱਚ ਹੱਸਦਾ ਮੋਰ ਪੱਥਰ ਅੰਦਰ ਨਦੀਆਂ ਹੱਸਦੀ ਨਦੀਆਂ ਦੇ ਮੱਥੇ ਵਿੱਚ ਹੱਸਦਾ ਸਾਗਰ ਅਗਮ ਅਚੋਰ ਵਿੰਬ ਪਛਾਨਣਾ ਹੈ ਆਪਾਂ ਰਹਾਸਵਾਦੀ ਦ੍ਰਿਸ਼ ਵਿੰਬ ਸਵਾਦ ਵਿੰਬ ਜਾਂ ਫਿਰ ਸਧਾਰਨ ਵਿੰਬ ਹਾਂਜੀ ਇਸ ਦਾ ਜੋ ਸਹੀ ਉੱਤਰ ਰਹੇਗਾ ਉਹ ਰਹੇਗਾ ਰਹਾਸਵਾਦੀ ਵਿੰਬ ਕਿਉਂ ਕਿ ਸੱਪ ਦੀ ਅੱਖ ਵਿੱਚ ਉਹਨਾਂ ਨੇ ਵਿਸ਼ ਠੀਕ ਹੈ ਕੁਦਰਤੀ ਹੈ ਇਸ ਵਰ ਵਿਸ਼ ਵਿੱਚ ਹੱਸਦਾ ਮੋਰ ਪੱਥਰ ਅੰਦਰ ਨਦੀਆਂ ਹੱਸਦੀ ਠੀਕ ਹੈ ਰਹਾਸ ਪੈਦਾ ਹੋਇਆ ਨਦੀਆਂ ਦੇ ਮੱਥੇ ਵਿੱਚ ਹੱਸਦਾ ਸਾਗਰ ਅਗਮ ਅਚੋਰ ਠੀਕ ਹੈ ਰਹਾਸਮਈ ਗੱਲ ਹੋਈ ਹੈ ਕਰハਸਵਾਦੀ ਬਿੰਬ ਹੈ ਜੀ ਇਸ ਤੋਂ ਅਗਲਾ ਪ੍ਰਸ਼ਨ ਕਰਾਂਗੇ ਮਿੱਠੀਆਂ ਮਿੱਠੀਆਂ ਤੇਰੀਆਂ ਨਹੀਂ ਚਾਂਜਰਾਂ ਦੀ ਛਣਕਾਰ ਰਾਹੀ ਦੇ ਦਿਲ ਦੀ ਧੜਕਨ ਦੀ ਮੱਠੀ-ਮੱਠੀ ਆਵਾਜ਼ ਬਿੰਬ ਪਛਾਨਣਾ ਹੈ ਨਾਦ ਬਿੰਬ ਸਵਾਦ ਬਿੰਬ ਸਧਾਰਨ ਬਿੰਬ ਜਾਂ ਫਿਰ ਇਹਨਾਂ 'ਚੋਂ ਕੋਈ ਨਹੀਂ ਹਾਂਜੀ ਇਸ ਦਾ ਉੱਤਰ ਹੈ ਨਾਦ ਬਿੰਬ ਕਿਉਂ ਕਿਉਂਕਿ ਨਾਦ ਦਾ ਸਬੰਧ ਹੁੰਦਾ ਆਵਾਜ਼ ਦੇ ਨਾਲ ਤਾਂ ਇਹਦੇ ਵਿੱਚ ਝਾਂਜਰਾਂ ਦੀ ਛਣਕਾਰ ਤੋਂ ਆਵਾਜ਼ ਦਾ ਪਤਾ ਲੱਗ ਰਿਹਾ ਤੇ ਮਠੀ ਮਠੀ ਆਵਾਜ਼ ਤੋਂ ਜੋ ਧੜਕਣ ਦੀ ਉਹਦੀ ਆਵਾਜ਼ ਹੈ ਬਾਜ਼ ਲਿਖਿਆ ਹੋਇਆ ਉਹਨੂੰ ਆਵਾਜ਼ ਠੀਕ ਹੈ ਤਾਂ ਇਹ ਹੈ ਨਾਦ ਵਿੰਬ ਇਸ ਤੋਂ ਅਗਲਾ ਪ੍ਰਸ਼ਨ ਕਰਾਂਗੇ ਦਰਦਾਂ ਦੀ ਮਹਿਕ ਹੈ ਐਸੀ ਖੋ ਲੈਂਦੀ ਹੈ ਫੁੱਲਾਂ ਦੀ ਖੁਸ਼ਬੂ ਜੋ ਕਿਸੇ ਨਾਸੂਰ ਬਣੇ ਜ਼ਖਮ ਦੀ ਹਵਾੜ ਕਰਦੀ ਏ ਚਿਤ ਡਾਵਾਂ ਡੂਲ ਬਿੰਬ ਕਿਹੜਾ ਹੈ ਜੀ 나ਦ ਬਿੰਬ ਰਹਾਸਵਾਦੀ ਬਿੰਬ ਗੰਧ ਬਿੰਬ ਜਾਂ ਫਿਰ ਸਵਾਦ ਬਿੰਬ ਹਾਂਜੀ ਆਪਣੇ ਇਸ ਪ੍ਰਸ਼ਨ ਦਾ ਉੱਤਰ ਰਹੇਗਾ ਗੰਧ ਬਿੰਬ ਗੰਧ ਦਾ ਸਬੰਧ ਹੁੰਦਾ ਨੱਕ ਨਾਲ ਠੀਕ ਹੈ स्मੈਲ ਨਾਲ ਤਾਂ ਇੱਥੋਂ ਸਾਨੂੰ ਕਲੀਅਰ ਹੀ ਹੋ ਜਾਂਦਾ ਹੈ ਮਹਿਕ ਹੋ ਗਿਆ ਠੀਕੇ ਖੁਸ਼ਬੂ ਹੋ ਗਿਆ ਉਸ ਤੋਂ ਬਾਅਦ ਹਵਾੜ ਇਨਾਂ ਤੇ ਇਨਾਂ ਸ਼ਬਦਾਂ ਤੋਂ ਪਤਾ ਲੱਗਦਾ ਕਿ ਕਿਹੜਾ ਵਿੰਬ ਹੈ ਜੀ ਗੰਧ ਵਿੰਬ ਇਸ ਤੋਂ ਅਗਲਾ ਪ੍ਰਸ਼ਨ ਕਰਾਂਗੇ ਛੇਤੀ ਮਿਲ ਅਮੜੀ ਦਿਆ ਜਾਇਆ ਭੈਣ ਤੇਰੀ ਨਿਤ ਉੜੀਕਦੀ ਕਿਹੜਾ ਵਿੰਬ ਹੈ ਜੀ ਸਧਾਰਨ ਵਿੰਬ ਨਾਦ ਵਿੰਬ ਜਾਂ ਫਿਰ ਊੜਾ ਤੇ ਐਡਾਪਸ਼ਨ ਦੋਵੇਂ ਜਾਂ ਫਿਰ ਇਨਾਂ ਚੋਂ ਕੋਈ ਨਹੀਂ ਹਾਂਜੀ ਜੋ ਇਸ ਪ੍ਰਸ਼ਨ ਦਾ ਉੱਤਰ ਰਹੇਗਾ ਬਹੁਤ ਜ਼ਿਆਦਾ ਇਜ਼ੀ ਹੈ ਉਹ ਰਹੇਗਾ ਸਧਾਰਨ ਬਿੰਬ ਕਿਉਂਕਿ ਛੇਤੀ ਮਿਲ ਅਮੜੀ ਦੀਆ ਜਾਇਆ ਭੈਣ ਤੇਰੀ ਨਿਤ ਉਡੀਕਦੀ ਇਹਦੇ ਵਿੱਚ ਕੋਈ ਖਾਸ ਆਪਾਂ ਨੂੰ ਦ੍ਰਿਸ਼ ਨਹੀਂ ਦਿਸਦਾ ਆਮ ਕਰਕੇ ਆਪਾਂ ਨੂੰ ਕੀ ਦਿਸਦਾ ਜਾਂਦਾ ਫਿਰ ਉਹਦੇ ਨਾਲ ਸੰਬੰਧਿਤ ਕੋਈ ਵੀ ਤਸਵੀਰ ਬਣ ਜਾਂਦੀ ਹੈ ਜੋ ਜ਼ਿਆਦਾਤਰ ਜਿਵੇਂ ਆਪਦੀ ਖੁਦ ਦੀ ਐਗਜ਼ਾਮਪਲ ਦਵਾ ਤਾਂ ਆਪਦੇ ਮਤਲਬ ਭੈਣ ਭਾਈ ਦਾ ਜਿਹੜਾ ਜੋ ਰਿਸ਼ਤਾ ਹੈ ਉਹੀ ਦਿਸਦਾ ਆਪਾਂ ਨੂੰ ਠੀਕ ਹੈ ਆਪਣੇ ਪਰਾ ਦੀ ਜਾਂ ਜੇ ਪਰਾ ਦੇਖ ਰਿਹਾ ਤਾਂ ਉਹਨੂੰ ਭੈਣ ਦੀ ਸ਼ਕਲ ਦਿਸਦੀ ਹੈ ਇਸ ਤਰ੍ਹਾਂ ਦਾ ਬਿੰਬ ਜਿਹੜਾ ਉਹ ਬਣ ਸਕਦਾ ਆਪਦੇ ਨਾਲ ਰਿਲੇਟਡ ਵੀ ਬਣ ਸਕਦਾ ਠੀਕ ਹੈ ਤੇ ਦੂਸਰਾ ਕਿਸੇ ਹੋਰ ਜਿਹੜਾ ਆਪਾਂ ਇਸ ਤਰ੍ਹਾਂ ਦਾ ਸੀਨ ਦੇਖਿਆ ਹੋਵੇ ਪਹਿਲਾਂ ਭੈਣ ਭਾਈ ਦੀ ਮੁਲਾਕਾਤ ਦਾ ਠੀਕ ਹੈ ਤਾਂ ਉਹ ਵੀ ਬਣ ਸਕਦਾ ਇੱਕ ਸਧਾਰਨ ਜਾਂ ਬਿੰਬ ਹੁੰਦਾ ਹੈ ਠੀਕ ਹੈ ਜੀ ਤਾਂ ਇਹ ਹੋ ਗਿਆ ਸਧਾਰਨ ਬਿੰਬ ਇਸ ਤੋਂ ਅਗਲਾ ਪ੍ਰਸ਼ਨ ਕਰਾਂਗੇ ਬਿੰਬ ਅੰਗਰੇਜ਼ੀ ਭਾਸ਼ਾ ਦੇ ਕਿਸ ਸ਼ਬਦ ਤੋਂ ਲਿਆ ਗਿਆ ਹੈ ਠੀਕ ਹੈ ਇਸ ਦਾ ਇਹਦਾ ਪੰਜਾਬੀ ਅਨੁਵਾਦ ਹੈ ਬਿੰਬ ਇਹ ਕਿਸ ਤੋਂ ਬਣਿਆ ਹੈ ਇਮੇਜ ਸੀਨ ਪੋਰਟਰੇਟ ਜਾਂ ਫਿਰ ਇਹ ਸਾਰੇ ਹਾਂਜੀ ਇਸ ਦਾ ਉੱਤਰ ਰਹੇਗਾ ਇਮੇਜ ਠੀਕ ਹੈ ਬੈਸੇ ਤਾਂ ਇਮੇਜ ਚਿੱਤਰ ਹੁੰਦਾ ਠੀਕ ਹੈ ਸੀਨ ਨੂੰ ਆਪਾਂ ਦ੍ਰਿਸ਼ ਕਹਿੰਦੇ ਆ ਪੋਰਟਰੇਟ ਤਸਵੀਰ ਹੁੰਦੀ ਆ ਤਾਂ ਸਾਂਝੀ ਜੀਆ ਕਾਮਨ ਜੀਆ ਪਰ ਜਿਹੜਾ ਵਾਸਤਵਿਕ ਲਿਆ ਗਿਆ ਇਹ ਸ਼ਬਦ ਬਿੰਬਾ ਜਿਹੜਾ ਪੰਜਾਬੀ ਅਨੁਵਾਦ ਕਿਸਦਾ ਹੈ ਇਮੇਜ ਦਾ ਠੀਕ ਹੈ ਤਾਂ ਇਹੀ ਸਹੀ ਰਹੇਗਾ ਇਸ ਤੋਂ ਅਗਲਾ ਪ੍ਰਸ਼ਨ ਕਰਾਂਗੇ ਪ੍ਰਤੀਕ ਨੂੰ ਕਿਹਾ ਜਾ ਸਕਦਾ ਹੈ ਕੀ ਕਹਿ ਸਕਦੇ ਆਪਾਂ ਪ੍ਰਤੀਕ ਨੂੰ ਹੋਰ ਵਸਤੂ ਚੀਜ਼ ਚਿੰਨ ਜਾਂ ਫਿਰ ਚਿੱਤਰ ਹਾਂਜੀ ਇਸ ਦਾ ਸਹੀ ਉੱਤਰ ਰਹੇਗਾ ਪ੍ਰਤੀਕ ਨੂੰ ਅਸੀਂ ਹੋਰ ਕਹਿ ਸਕਦੇ ਆ ਚਿੰਨ ਕਿਉਂਕਿ ਸਾਈਨ ਵੀ ਕਹਿ ਸਕਦੇ ਹਾਂ ਨਾ ਆਪ ਇਹਨੂੰ ਪ੍ਰਤੀਕ ਸਾਈਨ ਸਿੰਬਲ ਸਿੰਬਲ ਤੋਂ ਬੰਦਾ ਤਾਂ ਸਿੰਬਲ ਦਾ ਪੰਜਾਬੀ ਅਨੁਵਾਦ ਹੈ ਪ੍ਰਤੀਕ ਜਾਂ ਫਿਰ ਚਿੰਨ ਇਸ ਤੋਂ ਅਗਲਾ ਪ੍ਰਸ਼ਨ ਕਰਾਂਗੇ ਵਦੇਰੇ ਨਿਸ਼ਚਿਤ ਤੇ ਸੰਕੇਤਕ ਹੁੰਦਾ ਹੈ ਜਿਦੇ ਵਿੱਚ ਜ਼ਿਆਦਾ ਨਿਸ਼ਚਿਤਤਾ ਮਿਲਦੀ ਹੈ ਸਾਨੂੰ ਬਿੰਬ ਪ੍ਰਤੀਕ ਨਾਲੋਂ ਪ੍ਰਤੀਕ ਬਿੰਬ ਨਾਲੋਂ ਜਾਂ ਫਿਰ ਦੋਵੇਂ ਹੀ ਜਾਂ ਫਿਰ ਦੋਹਾਂ ਚੋਂ ਕੋਈ ਨਹੀਂ ਹਾਂਜੀ ਸਾਡਾ ਸਹੀ ਉੱਤਰ ਰਹੇਗਾ ਵਦੇਰੇ ਨਿਸ਼ਚਿਤ ਤੇ ਸੰਕੇਤਕ ਹੁੰਦਾ ਹੈ ਪ੍ਰਤੀਕ ਬਿੰਬ ਨਾਲੋਂ ਠੀਕ ਹੈ ਪ੍ਰਤੀਕ ਬਿੰਬ ਦੇ ਨਾਲੋਂ ਜ਼ਿਆਦਾ ਨਿਸ਼ਚਿਤ ਹੁੰਦਾ ਤੇ ਸੰਕੇਤਮਈ ਹੁੰਦਾ ਇਸ ਤੋਂ ਅਗਲਾ ਪ੍ਰਸ਼ਨ ਕਰਾਂਗੇ ਪ੍ਰਤੀਕ ਕਵਤਾ ਦੇ ਵਿੱਚ ਲਿਆਉਂਦੇ ਹਨ ਸਹਿਜਤਾ ਵਿਸਥਾਰ ਸੰਖੇਪਤਾ ਜਾਂ ਫਿਰ ਉਪਦੇਸ਼ਾਤਮਕਤਾ ਹਾਂਜੀ ਜੋ ਇਸ ਦਾ ਸਹੀ ਉੱਤਰ ਹੈ ਪ੍ਰਤੀਕ ਮੁੱਖ ਤੌਰ ਤੇ ਤਾਂ ਹੀ ਵਰਤੇ ਜਾਂਦੇ ਆ ਤਾਂ ਕਿ ਜਿਹੜੀ ਕੋਈ ਵੀ ਰਚਨਾਗੀ ਚਾਹੇ ਕਵਤਾ ਹੈ ਨਾ ਚਾਹੇ ਗੀਤ ਹੈ ਗੀਤਕਾਵ ਦੇ ਵਿੱਚ ਵੀ ਆਪਾਂ ਇਹ ਗੱਲ ਕੀਤੀ ਸੀ ਅਜੇ ਪ੍ਰਸ਼ਨਾਂ ਲੈਕਚਰ ਦੇ ਵਿੱਚ ਵੀ ਕੀਤਾ ਤਾਂ ਉਹ ਮੇਨਲੀ ਵਰਤੇ ਜਾਂਦੇ ਨੇ ਸੰਖੇਪਤਾ ਲਿਆਉਣ ਦੇ ਲਈ ਤਾਂ ਕਿ ਜਿਆਦਾ ਵਿਸਥਾਰ ਦੀ ਲੋੜ ਨਾ ਪਵੇ ਉਸ ਵਸਤੂ ਦੇ ਗੁਣ ਸਾਡੇ ਸਾਹਮਣੇ ਰੱਖ ਦਿੰਦਾ ਇੱਕ ਪ੍ਰਤੀਕ ਨਾਲ ਹੀ ਅਸੀਂ ਉਸ ਬਾਰੇ ਜਾਣ ਜਾਂਦੇ ਹਾਂ ਠੀਕ ਹੈ ਜੀ ਤਾਂ ਪ੍ਰਤੀਕ ਕਵਤਾ ਦੇ ਵਿੱਚ ਲਿਆਉਂਦੇ ਨੇ ਸੰਖੇਪਤਾ ਇਸ ਤੋਂ ਅਗਲਾ ਪ੍ਰਸ਼ਨ ਕਰਾਂਗੇ ਇੰਦ੍ਰਿਆਵੀ ਬਿੰਬਾਂ ਦੀ ਗਿਣਤੀ ਹੈ 5 3 4 ਜਾਂ ਫਿਰ 6 ਹਾਂਜੀ ਆਪਣਾ ਸਹੀ ਉੱਤਰ ਰਹੇਗਾ ਜਿਹੜੇ ਇੰਦ੍ਰਿਆਵੀ ਬਿੰਬ ਨੇ ਉਹਨਾਂ ਦੀ ਗਿਣਤੀ 5 ਹੈ ਠੀਕ ਹੈ ਆਪਣੀਆਂ ਪੰਜ ਗਿਆਨ ਇੰਦਰੀਆਂ ਸੈਂਸ ਆਰਗੈਂਸ ਨਾਲ ਸਬੰਧਿਤ ਹੈ ਇਹ ਇਹਨਾਂ ਦੀ ਗਿਣਤੀ ਵੀ ਫਿਰ 5 ਹੀ ਹੈ। ਇਸ ਤੋਂ ਅਗਲਾ ਪ੍ਰਸ਼ਨ ਜਾਂ ਸੱਸੀ ਦੀ ਭੈਣ ਵੇ ਦੂਜੀ ਕੰਮ ਜੀਦਾ ਬਸ ਰੋਣਾ ਕਿਹੜਾ ਪ੍ਰਤੀਕ ਵਰਤਿਆ ਇਸ ਦੇ ਵਿੱਚ? ਇਤਿਹਾਸਿਕ, ਮਿਥਿਆਸਿਕ, ਸਾਂਸਕ੍ਰਿਤਿਕ, ਉੜਾਤੇ ਐੜਾ, ਦੋਵੇਂ ਜਾਂ ਫਿਰ ਕੋਈ ਨਹੀਂ? ਹਾਂਜੀ ਇਸ ਦਾ ਉੱਤਰ ਹੈ ਇਤਿਹਾਸਿਕ ਮਿਥਿਆਸਿਕ ਠੀਕ ਹੈ ਕਿਉਂ ਕਿ ਪ੍ਰਤੀਕ ਵਰਤਿਆ ਗਿਆ ਸੱਸੀ ਦਾ ਤੇ ਸੱਸੀ ਕਿਹਦੇ ਨਾਲ ਰਿਲੇਟ ਕਰਦੀ ਹੈ ਕਿਹਦੇ ਨਾਲ ਸੰਬੰਧਿਤ ਹੈ ਇਤਿਹਾਸ ਨਾਲ ਵੀ ਤੇ ਮਿਥਿਹਾਸ ਨਾਲ ਵੀ ਠੀਕ ਹੈ ਮਿਥਿਹਾਸਿਕ ਵੀ ਮੰਨਿਆ ਜਾਂਦਾ ਕਿਸਿਆਂ ਨੂੰ ਤਾਂ ਇਹ ਦੋਨੇ ਉੱਤਰ ਰਹਿਣਗੇ ਇਤਿਹਾਸਿਕ ਤੇ ਮਿਥਿਹਾਸਿਕ ਇਹ ਪ੍ਰਤੀਕ ਹੈ ਇਸ ਤੋਂ ਅਗਲਾ ਪ੍ਰਸ਼ਨ ਕਰਾਂਗੇ ਜਿੱਥੇ ਚਾਨਣੀ ਚਨਾਵੇ ਖੁਸ਼ਬੋ ਨੀ ਉੱਥੇ ਮੇਰਾ ਯਾਰ ਵੱਸਦਾ ਜਿੱਥੇ ਇਤਰਾ ਦੇ ਵਗਦੇ ਨੇ ਝੋ ਜਿੱਥੇ ਲੰਗਦੀ ਏ ਪਉਣ ਵੀ ਖਲੋ ਕਿਹੜਾ ਪ੍ਰਤੀਕ ਵਰਤਿਆ ਗਿਆ ਇਹਨਾਂ 17 ਦੇ ਵਿੱਚ ਊੜਾ ਸੰਸਕ੍ਰਿਤਿਕ ਐੜਾ ਪ੍ਰਕਿਰਤਿਕ ਈੜੀ ਦੋਵੇਂ ਜਾਂ ਫਿਰ ਸਸਾ ਕੋਈ ਨਹੀਂ ਹਾਂਜੀ ਸਹੀ ਉੱਤਰ ਰਹੇਗਾ ਇਸ ਰਚਨਾ ਦੇ ਵਿੱਚ ਜੋ ਪ੍ਰਤੀਕ ਵਰਤਿਆ ਗਿਆ ਹੈ ਉਹ ਹੈ ਪ੍ਰਕਿਰਤਿਕ ਪ੍ਰਕਿਰਤੀ ਨਾਲ ਸੰਬੰਧਿਤ ਹੈ ਕੁਦਰਤ ਦੇ ਨਾਲ ਸੰਬੰਧਿਤ ਹੈ ਕਿੱਥੋਂ ਚਾਂਦਨੀ ਤੋਂ ਪਤਾ ਲੱਗਦਾ ਜੀ ਇਸ ਤੋਂ ਬਾਅਦ ਚੋਹ ਤੋਂ ਪਤਾ ਲੱਗਦਾ ਠੀਕ ਹੈ ਜੋ ਚੋਹ ਵਗਦੇ ਨੇ ਇਸ ਤੋਂ ਬਾਅਦ ਪੌਣ ਠੀਕ ਹੈ ਤਾਂ ਪ੍ਰਕਿਰਤੀ ਦਾ ಚಿತ್ರਣ ਹੈ ਇਸ ਤੋਂ ਅਗਲਾ ਪ੍ਰਸ਼ਨ ਕਰਾਂਗੇ ਪਾਖੜੇ ਤੋਂ ਆਉਂਦੀ ਮੁਟਿਆਰ ਇੱਕ ਨੱਚਦੀ ਚੰਦ ਨਾਲੋਂ ਗੋਰੀ ਉੱਤੇ ਚੁੰਨੀ ਸੁੱਚੇ ਕੱਚ ਦੀ ਇੱਕ ਅਵਤਾਰੇ ਵਿੱਚ ਜਿਹੜਾ ਬਿੰਬਾ ਉਸ ਦਾ ਕਵੀ ਨੇ ਕੀ ਕੀਤਾ ਠੀਕ ਹੈ ਇਸ ਵਿੱਚ ਬਿੰਬ ਦਾ ਕਵੀ ਦੁਆਰਾ ਡੈਸ਼ ਕੀਤਾ ਗਿਆ ਹੈ ਸੁਧਾਰਨਿਕਰਨ ਛੇਤ੍ਰੀਕਰਨ ਮਾਨਵਿਕਰਨ ਤੇ ਪ੍ਰਤੀਕਾਤਮਕ ਬਿੰਬ ਹਾਂਜੀ ਇਸ ਦਾ ਸਹੀ ਉੱਤਰ ਹੈ ਇਸ ਦੇ ਵਿੱਚ ਜੋ ਕਵੀ ਐ ਉਸਨੇ ਕੀਤਾ ਹੈ ਮਾਨਵਿਕरण ਕਿਸ ਦਾ ਪਾਖੜੇ ਡੈਮ ਤੋਂ ਆਉਣ ਵਾਲੀ ਬਿਜਲੀ ਦਾ ਠੀਕ ਹੈ ਤੇ ਤੁਹਾਡਾ ਪ੍ਰਸ਼ਨ ਏ ਹੈ ਕਿ ਜੋ ਏ ਹੈ ਸਤਰਾ ਨੇ ਉਹ ਕਿਹੜੀ ਕਵਤਾ ਦੇ ਵਿੱਚੋਂ ਲਈਆਂ ਗਈਆਂ ਤੇ ਦੂਸਰਾ ਇਹਨਾਂ ਦਾ ਕਵੀ ਕੌਣ ਹੈ ਇਹ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਜੀ ਠੀਕ ਹੈ ਇਸ ਤੋਂ ਅਗਲਾ ਪ੍ਰਸ਼ਨ ਕਰਾਂਗੇ ਸਹੀ ਚੁਣਨਾ ਇਸ ਦੇ ਵਿੱਚ ਸਾਨੂੰ ਕਥਨ ਦਿੱਤੇ ਹੋਏ ਨੇ ਚਾਰ ਕਥਨ ਨੇ ਆਪਾਂ ਸਹੀ ਚੁਣਨਾ ਪ੍ਰਤੀਕ ਬਿੰਬ ਦੀ ਉਪਜ ਹੈ ਦੂਸਰਾ ਬਿੰਬ ਪ੍ਰਤੀਕ ਦੀ ਉਪਜ ਹੈ ਤੀਸਰਾ ਵਾਰ-ਵਾਰ ਪੇਸ਼ ਕੀਤੇ ਬਿੰਬ ਪ੍ਰਤੀਕ ਬਣ ਜਾਂਦੇ ਹਨ ਤੇ ਲਾਸਟ ਹੈ ਜੀ ਪ੍ਰਤੀਕ ਮੁੱਢਲੇ ਰੂਪ ਵਿੱਚ ਹੀ ਨਿਸ਼ਚਿਤ ਕੀਤੇ ਗਏ ਹੁੰਦੇ ਹਨ ਹਾਂਜੀ ਇਹਨਾਂ ਵਿੱਚੋਂ ਜੋ ਸਹੀ ਕਥਨ ਹੈ ਉਹ ਹੈ 3 ਨੰਬਰ ਈੜੀ ਨੰਬਰ ਵਾਰ-ਵਾਰ ਪੇਸ਼ ਕੀਤੇ ਜਿਹੜੇ ਬਿੰਬ ਆਉਂ ਪ੍ਰਤੀਕ ਬਣ ਜਾਂਦੇ ਹਨ ਜਦੋਂ ਕਵੀ ਆਪਣੀ ਰਚਨਾ ਦੇ ਵਿੱਚ ਵਾਰ-ਵਾਰ ਇੱਕ ਹੀ ਬਿੰਬ ਨੂੰ ਵਰਤਦਾ ਤਾਂ ਲਗਾਤਾਰ ਉਹਦੇ ਵਿੱਚ ਜਿਹੜੀ ਗਤੀਸ਼ੀਲਤਾ ਆਉਣ ਕਰਕੇ ਵੀ ਹਾਂ ਇਸ ਕਵਤਾ ਦੇ ਵਿੱਚ ਵੀ ਉਸਨੇ ਉਹੀ ਬਿੰਬ ਵਰਤ ਲਿਆ ਉਸ ਤੋਂ ਅਗਲੀ ਵਿੱਚ ਵੀ ਠੀਕ ਹੈ ਵਾਰ-ਵਾਰ ਉਹਦੀ ਰੈਪੀਟੇਸ਼ਨ ਹੋਈ ਜਾਂਦੀ ਹੈ ਤਾਂ ਉਹ ਬਣ ਜਾਂਦਾ ਹੈ ਪ੍ਰਤੀਕ ठीक है जी इस तो अगला प्रश्न करा इंद्रियावी बिंब नहीं है कि नहीं है इन्हना चो दृष्टिपरख गंध परख गति परख या फिर स्पर्श मूलक ਹਾਂਜੀ ਇਸ ਦਾ ਸਹੀ ਉੱਤਰ ਰਹੇਗਾ ਗਤੀਪਰਕ ਇਹ ਇੰਦਰੀਆ ਵੀ ਜਿਹੜਾ ਬਿੰਬਾਉ ਨਹੀਂ ਹੈ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਜੋ ਇੰਦਰੀਆ ਵੀ ਬਿੰਬ ਨੇ ਉਹ ਕਿੰਨੇ ਨੇ ਪੰਜ ਨੇ ਕਿਹਦੇ ਨਾਲ ਰਿਲੇਟ ਕਰਦੇ ਆ ਸਾਡੀਆਂ ਗਿਆਨ ਇੰਦਰੀਆਂ ਨਾਲ ਠੀਕ ਹੈ ਅੱਖਾਂ ਨਾਲ ਨੱਕ ਨਾਲ ਮੂੰਹ ਨਾਲ ਕੰਨਾਂ ਨਾਲ ਤੇ ਜੋ ਸਾਡੀ ਸਕਿਨ ਹੁੰਦੀ ਹੈ ਚਮੜੀ ਠੀਕ ਹੈ ਉਹ ਨਾਲ ਰਿਲੇਟ ਦ੍ਰਿਸ਼ਟੀ ਪਰ ਕਪਨਪਤੀਆ ਅੱਖਾਂ ਨਾਲ ਰਿਲੇਟ ਕਰਦਾ ਹੈ ਗੰਧ ਪਰਕ ਨੱਕ ਨਾਲ ਕਰਦਾ ਹੈ ਸਪਰਸ਼ ਚਮੜੀ ਨਾਲ ਕਰਦਾ ਹੈ ਪਰ ਜੋ ਗਤੀ ਪਰਕ ਹੈ ਉਹ ਕਿਸੇ ਨਾਲ ਵੀ ਨਹੀਂ ਕਰਦਾ ਠੀਕ ਹੈ ਜੀ ਇੱਥੇ ਹੀ ਖਤਮ ਕਰਦੇ ਹਾਂ ਆਪਣਾ ਅੱਜ ਦਾ ਮੌਕ ਟੈਸਟ ਤੇ ਆਸ ਹੈ ਕਿ ਤੁਹਾਨੂੰ ਇਹ ਮੌਕ ਟੈਸਟ ਪਸੰਦ ਆਇਆ ਹੋਵੇਗਾ ਤੇ ਜਿੰਨੇ ਵੀ ਡਾਊਟਸ ਤੁਹਾਡੇ ਸੀਗੇ ਬਿੰਬ ਤੇ ਪ੍ਰਤੀਕ ਨਾਲ ਸੰਬੰਧਿਤ ਜਿਨ੍ਹਾਂ ਨੂੰ ਲੈਕਚਰ ਦੇ ਵਿੱਚ ਥੋੜੀ ਕਨਫਿਊਜ਼ਨ ਸੀ ਤਾਂ ਉਹ ਦੁਬਾਰਾ ਵੀ ਤੁਸੀਂ ਸੁਣ ਲੈਣਾ ਜੀ ਬਿੰਬ ਵਾਲਾ ਠੀਕ ਹੈ ਤੇ ਇਸ ਤੋਂ ਤੁਹਾਨੂੰ ਕਾਫੀ ਕਲੀਅਰ ਹੋ ਗਿਆ ਹੋਵੇਗਾ ਤੇ ਲਾਈਕ ਐਂਡ ਕਮੈਂਟ ਕਰਕੇ ਜੂਡ ਦੱਸਿਓ ਜੀ ਤੁਹਾਨੂੰ ਇਸ ਜਿਹੜਾ ਆਪਣਾ ਅੱਜ ਦਾ ਮੌਕ ਟੈਸਟ ਹੈ ਉਹ ਕਿਸ ਤਰ੍ਹਾਂ ਲੱਗਿਆ ਤੇ ਇਸੇ ਨਾਲ ਹੀ ਇਸ ਤੋਂ ਪਹਿਲਾਂ ਵਾਲੇ ਮੌਕ ਟੈਸਟ ਦੇ ਵਿੱਚ ਤੁਹਾਡੇ ਤੋਂ ਦੋ ਪ੍ਰਸ਼ਨ ਪੁੱਛੇ ਗਏ ਸੀ ਇੱਕ ਪੁੱਛਿਆ ਗਿਆ ਸੀ ਲੰਘ ਗਏ ਦਰਿਆ ਜੋ ਰਚਨਾ ਹੈਗੀ ਨਾਵਲ ਹੈ ਉਹ ਕਿਸ ਦੀ ਹੈ ਤਾਂ ਉਹ ਹੈ ਜੀ ਡਾਕਟਰ ਦਲੀਪ ਕੌਰ ਟਿਵਾਣਾ ਕਾਫੀ ਸਟੂਡੈਂਟਸ ਨੇ ਆਨਸਰ ਸਹੀ ਦਿੱਤਾ ਇਹਨਾਂ ਦਾ ਦੋਨਾਂ ਪ੍ਰਸ਼ਨਾਂ ਦਾ ਹੀ ਤੇ ਦੂਸਰਾ ਸੀਗਾ ਉਹ ਸ਼ਹਿਰ ਜਿੱਥੇ ਮੈਂ ਬਰਖ ਬਣਿਆ ਇਹਦੇ ਵਿੱਚ ਗੱਲ ਕੀਤੀ ਸੀ ਪਟਿਆਲਾ ਸ਼ਹਿਰ ਦੀ ਤੇ ਇਹ ਜੋ ਲੇਖ ਹੈ ਉਹ ਲਿਖਿਆ ਸੀ ਡਾਕਟਰ ਸਰਜੀਤ ਸਿੰਘ ਪਾਤਰ ਜੀ ਨੇ ਇਹ ਵੀ ਪ੍ਰਸ਼ਨ ਹੈ ਜਿਹੜਾ ਉਹ ਸਹੀ ਸੀ ਉਹਨਾਂ ਸਟੂਡੈਂਟਸ ਦਾ ਧੰਨਵਾਦ ਜਿਨ੍ਹਾਂ ਨੇ ਕਮੈਂਟ ਕਰਕੇ ਅਨਸਰ ਦਿੱਤਾ ਤੇ ਇਸ ਤਰ੍ਹਾਂ ਹੀ ਤੁਸੀਂ ਜਿਹੜਾ ਆਪਾਂ ਪ੍ਰਸ਼ਨ ਪੁੱਛਦੇ ਹਾਂ ਉਹਦਾ ਅਨਸਰ ਜ਼ਰੂਰ ਦਿਆ ਕਰੋ ਤੇ ਅੱਜ ਵਾਲੇ ਪ੍ਰਸ਼ਨ ਦਾ ਅਨਸਰ ਵੀ ਤੁਸੀਂ ਜ਼ਰੂਰ ਦੇਣਾ ਜੀ ਤੇ ਜੇਕਰ ਵੀਡੀਓ ਤੁਹਾਨੂੰ ਪਸੰਦ ਆਈ ਤਾਂ ਲਾਈਕ ਐਂਡ ਕਮੈਂਟ ਕਰਕੇ ਜੁੜਦੇ ਸੋ ਤੇ ਨਾਲ ਦੀ ਨਾਲ ਆਪਣੇ ਮਾਰਕਸ ਦੱਸਣਾ ਬਿਲਕੁਲ ਨਹੀਂ ਭੁੱਲਣਾ 15 ਦੇ ਵਿੱਚੋਂ ਤੁਹਾਡੇ ਅੱਜ ਦੇ ਟੈਸਟ ਦੇ ਵਿੱਚੋਂ ਕਿੰਨੇ ਮਾਰਕਸ ਆਏ ਨੇ ਕਮੈਂਟ ਕਰਕੇ ਮੈਨੂੰ ਜਰੂਰ ਦੱਸਿਓ ਤੇ ਆਪਣੇ ਜੋ ਫਰੈਂਡਸ ਨੇ ਤੁਹਾਡੇ ਨਾਲ ਤਿਆਰੀ ਕਰ ਰਹੇ ਨੇ ਉਹਨਾਂ ਨਾਲ ਸ਼ੇਅਰ ਕਰਨਾ ਵੀ ਤੁਸੀਂ ਨਹੀਂ ਭੁੱਲਣਾ ਓਕੇ ਕਰਦੇ ਰਹੋ ਪੰਜਾਬੀ ਦੀ ਤਿਆਰੀ ਤੇ ਦੇਖਦੇ ਰਹੋ ਤੁਹਾਡਾ ਆਪਣਾ ਸਪੀਰੀਅਰ ਸਟੱਡੀ ਚੈਨਲ ਤੇ ਜੇ ਕੋਈ ਸੁਜੈਸ਼ਨ ਆ ਉਹ ਵੀ ਜਰੂਰ ਸ਼ੇਅਰ ਕਰਦੇ ਰਹੋ ਧੰਨਵਾਦ ਜੀ